Thank you.
ਸਾਰਿਆਂ ਤੋਂ ਪਹਿਲਾਂ ਤਾਂ ਵਿਸਾਖੀ ਦੇ ਦਿਹਾੜੀ ਦੀ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅੱਜ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਆਪਣੇ ਪੰਜਾਬੀ ਵਿਰਸੇ ਨੂੰ ਯਾਦ ਕਰਾਉਣ ਦੀ ਕਿ ਬੱਚਿਆਂ ਨੂੰ ਅਸੀਂ ਥੋੜ੍ਹਾ ਜਿਹਾ ਕੁਛ ਦੱਸੀਏ ਕਿ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹੀਏ ਔਰ ਇਹਨਾਂ ਜੜ੍ਹਾਂ ਦੇ ਨੂੰ ਅਸੀਂ ਜੇ ਥੋੜ੍ਹਾ ਥੋੜ੍ਹਾ ਪਾਣੀ ਪਾਉਂਦੇ ਰਹਿੰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਰਹਿੰਦੇ ਹਾਂ ਤਾਂ ਇਹ ਫਲ ਬੂਟਾ ਜਿਹੜਾ ਹੈਗਾ ਸਾਨੂੰ ਸੋਹਣੇ ਫਲ ਔਰ ਸੋਹਣੀ ਛਾਂ ਦੇ ਕੇ ਜਾਊਗਾ। ਇਸ ਕਰਕੇ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਕਿੰਨਾ ਪ੍ਰੇਮ ਅਤੇ ਪਿਆਰ ਸੀ ਲੋਕਾਂ ਦੇ ਵਿੱਚ, ਤਾਂ ਇਸ ਤਰ੍ਹਾਂ ਇਕੱਠੇ ਹੋ ਕੇ ਮੇਲੇ 'ਤੇ ਜਾਂਦੇ ਸੀ। ਥੋੜ੍ਹਾ ਜਿਹੀ ਕੋਸ਼ਿਸ਼ ਕੀਤੀ ਹੈ, ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਹੁਤ ਕਿ ਆਪਣੀ ਪਿਛੋਕੜ ਨੂੰ ਭੁੱਲਣਾ ਨਹੀਂ ਚਾਹੀਦਾ ਕਦੀ, ਔਰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਇਹਦੇ ਬਾਰੇ ਨੌਲੇਜ ਦਿਓ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈ ਦਿੰਦਾ। ਇਹ ਦਿਨ ਜਿਹੜਾ ਹੈਗਾ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ, ਕਿਸਾਨਾਂ ਦੇ ਜਿਹੜੇ ਆ ਚਿਹਰੇ ਖਿਲਣ, ਕਿਸਾਨਾਂ ਦੇ ਘਰਾਂ 'ਚ ਅਨਾਜ ਆਵੇ ਜਿਹਦੇ ਨਾਲ ਸਮਰਿੱਧੀ ਪੂਰੇ ਸਮਾਜ 'ਚ ਆਵੇ। ਅੱਜ ਇੱਕ ਪ੍ਰਯਾਸ ਕੀਤਾ ਤੁਸੀਂ, ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਸਾਡੇ ਜਿਹੜੇ 12 ਮਹੀਨੇ ਆ, 12 ਮਹੀਨਿਆਂ ਦੇ ਵਿੱਚ ਸਾਡੇ ਸਾਰੇ ਜੀਵਨ ਦਾ ਰਾਜ ਛੁਪਿਆ। ਅੱਜ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਪ੍ਰਦੇਸ਼ ਉਪਾਧਿਅਕਸ਼ ਨੀਤੀ ਤਲਵਾੜ ਦੇ ਨੇਤਰਤਵ ਦੇ ਅੰਦਰ ਵਿਸਾਖੀ ਦੇ ਤਿਉਹਾਰ ਨੂੰ ਵੀ ਪੂਰੇ ਪੁਰਾਤਨ ਤਰੀਕੇ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਪਿੱਛੇ ਕਾਰਨ ਕੀ ਸੀਗਾ? ਤੁਸੀਂ ਅਕਸਰ ਕਹਾਣੀਆਂ ਸੁਣੀਆਂ ਕਿ ਆਈ ਬਸੰਤ ਪਾਲਾ ਉਡਾਂ, ਵਿਸਾਖੀ ਆਉਂਦੀ ਆ ਤਾਂ ਕਹਿੰਦੇ ਨੇ ਕਣਕਾਂ ਫਸਲਾਂ ਪੱਕਦੀਆਂ ਘਰਾਂ 'ਚ ਆਉਂਦੀਆਂ, ਪਰ ਤੁਸੀਂ ਦੇਖਿਆ ਹੋਣਾ ਕਿ ਇਹ ਕਹਾਵਤਾਂ ਸਮੇਂ ਦੇ ਨਾਲ ਨਾਲ ਜਿਹੜੀਆਂ ਆ ਆਪਣੇ ਆਪ 'ਚ ਉਡੰਤ ਹੋ ਗਈਆਂ। ਅੱਜ ਬਸੰਤ ਆਵੇ ਤਾਂ ਪਾਲਾ ਉਡੰਤ ਨਹੀਂ ਹੁੰਦਾ, ਅੱਜ ਵਿਸਾਖੀ ਆਵੇ ਤਾਂ ਕਿਸਾਨ ਦੇ ਘਰ 'ਚ ਪੂਰਾ ਅਨਾਜ ਨਹੀਂ ਆ ਰਿਹਾ। ਪਿੱਛੇ ਕਾਰਨ ਕੀ ਆ? ਕਾਰਨ ਇਹ ਆ ਕਿ ਅਸੀਂ ਲੋਕਾਂ ਨੇ ਬੇਸ਼ੱਕ ਆਧੁਨਿਕ ਯੁੱਗ 'ਚ ਪ੍ਰਵੇਸ਼ ਕਰ ਲਿਆ, ਆਧੁਨਿਕ ਯੁੱਗ 'ਚ ਪ੍ਰਵੇਸ਼ ਕਰਕੇ ਅਸੀਂ ਆਪਣਾ ਜਿਹੜਾ ਪੁਰਾਤਨ ਸਾਡਾ ਸਮੇਂ ਸੀ, ਪੁਰਾਤਨ ਸਾਡਾ ਸੱਭਿਆਚਾਰ ਸੀ, ਉਹਨੂੰ ਭੁੱਲ ਗਏ। ਉਹਦੇ ਭੁੱਲਣ ਨਾਲ ਕੀ ਹੋਇਆ ਕਿ ਜੇ ਧਰਤੀ ਦਾ ਜਿਹੜਾ ਤਾਪਮਾਨ ਹੈ ਉਹ 3-4 ਡਿਗਰੀ ਉਹ ਫਾਲਤੂ ਹੋ ਗਿਆ, ਜਿਹਦੇ ਨਾਲ ਗਲੋਬਲ ਵਾਰਮਿੰਗ ਦੀ ਸਮੱਸਿਆ ਪੈਦਾ ਹੋ ਗਈ। ਮੈਂ ਕਿਤੇ ਵੀ ਆਧੁਨਿਕ ਯੁੱਗ ਦੇ ਖਿਲਾਫ਼ ਨਹੀਂ ਹਾਂ, ਆਧੁਨਿਕਤਾ ਦੇ ਖਿਲਾਫ਼ ਨਹੀਂ ਹਾਂ, ਪਰ ਮੈਂ ਇਹ ਦੱਸਣਾ ਚਾਹੁੰਦਾ ਜਿਹੜੀ ਆਧੁਨਿਕ ਯੁੱਗ ਦੀ ਛਾਂ ਆ, ਜਿਸ ਦਰਖਤ ਦੀ ਅਸੀਂ ਮੰਨਦੇ ਹਾਂ,
ਜੇ ਉਹਦੀਆਂ ਜੜ੍ਹਾਂ ਜਿਹੜੀਆਂ ਆ ਉਹ ਸਾਡੀ ਵਿਰਾਸਤ ਦੀਆਂ ਹੋਣਗੀਆਂ, ਸਾਡੇ ਵਿਰਸੇ ਦੀਆਂ ਹੋਣਗੀਆਂ, ਤਾਂ ਇਹ ਜਿਹੜੇ ਸਾਡਾ ਸ਼ਾਮ ਆ ਸਾਨੂੰ ਬਹੁਤ ਜ਼ਿਆਦਾ ਲਾਭ ਦੇਵੇਗੀ ਔਰ ਸਾਡਾ ਜਿਹੜਾ ਪਰਿਆਵਰਨ ਆ ਉਹ ਜਿਹੜਾ ਆ ਬਹੁਤ ਅੱਛਾ ਹੋਵੇਗਾ। ਸੋ ਪ੍ਰਯਾਸ ਕੀਤਾ ਆ ਕਿ ਆਧੁਨਿਕਤਾ ਦੇ ਨਾਲ ਨਾਲ ਸਾਡਾ ਵਿਰਸਾ ਮਜ਼ਬੂਤ ਰਹੇ, ਸਾਡਾ ਵਿਰਸਾ ਮਜ਼ਬੂਤ ਹੋਵੇ, ਅਲੋਪ ਹੋ ਰਹੀਆਂ ਚੀਜ਼ਾਂ ਨੂੰ ਦੁਬਾਰਾ ਪੁਨਰ ਸਜੀਵ ਕੀਤਾ ਹੈ, ਉਹਦੀ ਇੱਕ ਪ੍ਰਯਾਸ ਅੱਜ ਨੀਤੀ ਤਲਵਾਰ ਦੇ ਸਹਿਯੋਗ ਅਤੇ ਮੁਹੱਲਾ ਨਿਵਾਸੀਆਂ ਨੇ ਕੀਤਾ। ਇੱਕੋ ਹੀ ਕੁਐਸਚਨ ਆ ਮੇਰਾ, ਆਧੁਨਿਕ ਯੁੱਗ ਵਿੱਚ ਲੋਕ ਗੱਡੀਆਂ ਵਿੱਚ ਜਾਂਦੇ ਆ ਮੇਲਾ ਦੇਖਣ, ਅਤੇ ਅੱਜ ਆਪਾਂ ਤੁਹਾਡਾ ਜਿਹੜਾ ਪ੍ਰਯਾਸ ਆ ਬਹੁਤ ਸ਼ਲਾਘਾਯੋਗ ਪ੍ਰਯਾਸ ਆ ਇੱਕ, ਅਤੇ 4-5 ਗੱਡੀਆਂ ਦਾ ਅਰੇਂਜਮੈਂਟ ਕੀਤਾ ਗਿਆ, ਪਰ ਕਿੰਨਾ ਕੁ ਮੁਸ਼ਕਲ ਆਈ ਇਹਦੇ ਵਿੱਚ? 2 ਸਾਲ ਲੱਗੇ ਹੈ ਮੈਨੂੰ ਇਸ ਗੱਲ 'ਚ, ਗੱਡੇ ਲੱਭਣ ਦੇ ਅੰਦਰ 2 ਸਾਲ ਮੈਨੂੰ ਲੱਗੇ ਆ। ਤੁਸੀਂ, ਮੈਂ ਉਹੀ ਕਿਹਾ ਕਿ ਅੱਜ ਸਾਡੀਆਂ ਅਲੋਪ ਹੋ ਰਹੀਆਂ ਸਭਿਅਤਾਵਾਂ ਨੂੰ ਸਜੀਵ ਕਰਨ ਦੀ ਕੋਸ਼ਿਸ਼ ਕੀਤੀ ਆ, 2 ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਜਿਹੜੇ ਆ ਇਹ ਗੱਡੇ ਸਾਨੂੰ ਮਿਲੇ ਆ। ਬਹੁਤ ਜ਼ਿਆਦਾ ਮੁਸ਼ਕਲ ਆਈ ਆ, ਤੁਹਾਡਾ ਪੁੱਛਣਾ ਬਿਲਕੁਲ ਠੀਕ ਹੈ। ਅਤੇ ਅੱਜ ਤੋਂ ਪਹਿਲਾਂ ਵੀ ਕਾਫੀ ਤੁਸੀਂ ਵਿਸਾਖੀ ਦੇ ਮੇਲੇ ਮਨਾਏ ਹੋਣੇ ਆ, ਅਤੇ ਅੱਜ ਇੱਕ ਅਲੱਗ ਤਰੀਕੇ ਨਾਲ ਆਪਣੇ ਸੱਭਿਆਚਾਰਕ ਤਰੀਕੇ ਨਾਲ ਜੇ ਮਨਾਇਆ ਗਿਆ, ਤਾਂ ਕਿੰਨਾ ਕੁ ਖੁਸ਼ ਮਹਿਸੂਸ ਕਰ ਰਿਹਾ ਆਪਣੇ ਆਪ? ਮਨ ਮੇਰਾ ਬਹੁਤ ਸੰਤੁਸ਼ਟ ਆ, ਸਾਰੇ ਤੁਸੀਂ ਦੇਖਿਆ ਹੋਣਾ ਜਿੰਨੇ ਮੁਹੱਲਾ ਨਿਵਾਸੀ ਆ ਬਹੁਤ ਖੁਸ਼ ਹੈ, ਜਿੰਨੇ ਲੋਕ ਨੇ ਬਹੁਤ ਖੁਸ਼ ਹੈ। ਇੱਕ ਇਹਦੇ ਨਾਲ ਹੋਰ ਮੈਂ ਗੱਲ ਦੱਸ ਦੇਣਾ ਚਾਹੁੰਦਾ, ਇਹ ਹਿਊਮਨ ਸਾਈਕੋਲੋਜੀ ਹੈ। ਅੱਜ ਤੁਸੀਂ ਬੇਸ਼ੱਕ ਕੰਕਰੀਟ ਦੇ ਵਧੀਆ ਤੋਂ ਵਧੀਆ ਘਰ 'ਚ ਰਹਿ ਲਓ, ਲੇਕਿਨ ਜੋ ਸੁੱਖ ਸਕੂਨ ਤੁਹਾਨੂੰ ਘਰੋਂ ਬਾਹਰ ਨਿਕਲ ਕੇ ਦਰਖਤ ਦੀ ਛਾਂ ਥੱਲੇ ਮਿਲਦਾ, ਉਹ ਘਰ ਦੇ ਏਸੀ 'ਚ ਨਹੀਂ ਮਿਲਦਾ। ਲੇਕਿਨ ਅਸੀਂ ਲੋਕ ਜਦੋਂ ਆਧੁਨਿਕ 'ਚ ਚਲੇ ਗਏ ਹਾਂ, ਉਹ ਇਹ ਗੱਲ ਦੱਸਣਾ ਨਹੀਂ ਚਾਹ ਰਹੇ, ਇਹ ਗੱਲ ਆਪਾਂ ਆਪਣੇ ਮੂੰਹੋਂ ਕਹਿਣਾ ਨਹੀਂ ਚਾਹ ਰਹੇ। ਇੱਕ ਗੱਲ ਮੈਂ ਇੱਥੇ ਹੋਰ ਦੱਸ ਦਿਆਂ ਆਪਣੇ ਦੇਸ਼ ਵਾਸੀਆਂ ਨੂੰ, ਅਸੀਂ ਮੁਕਾਬਲਾ ਕਰਦੇ ਹਾਂ ਉਹਨਾਂ ਦੇਸ਼ਾਂ ਦਾ ਜਿਨ੍ਹਾਂ ਨੂੰ ਅਸੀਂ ਫੁੱਲੀ ਡਿਵੈਲਪ ਦੇਸ਼ ਮੰਨਦੇ ਹਾਂ, ਅਤੇ ਉੱਥੇ ਦੇ ਲੋਕ ਵੀ ਆਪਣੀ ਸਿਹਤ ਵਾਸਤੇ ਗੱਡੀਆਂ ਦਾ ਘੱਟ ਇਸਤੇਮਾਲ, ਪੈਰਾਂ ਦਾ ਅਤੇ ਸਾਈਕਲ ਦਾ ਜ਼ਿਆਦਾ ਕਰਦੇ ਆ। ਸੋ ਉਹ ਵੀ ਆਪਣੇ ਸੱਭਿਆਚਾਰ ਨਾਲ ਜੁੜੇ ਆ, ਸਾਡਾ ਸੱਭਿਆਚਾਰ ਵਿਰਸਾ ਤਾਂ ਬੜਾ ਵੱਡਾ ਆ, ਅਸੀਂ ਉਹਨਾਂ ਜੁੜੇ ਹਾਂ। ਅਤੇ ਸਰ, ਸਰਕਾਰ ਦਾ ਇਹਦੇ ਵਿੱਚ ਕੀ ਤੁਹਾਨੂੰ ਲੱਗਦਾ, ਕਿੰਨਾ ਕੁ ਸਹਿਯੋਗ ਚਾਹੀਦਾ, ਕਿਉਂਕਿ ਸੱਭਿਆਚਾਰ ਜਿਹੜਾ ਆ ਇਹ ਜੀਵਿਤ ਰਹਿਣਾ ਚਾਹੀਦਾ ਹਰ? ਦੇਖੋ, ਸਰਕਾਰਾਂ ਦਾ ਸਹਿਯੋਗ ਬਹੁਤ ਜ਼ਰੂਰੀ ਆ, ਮੈਂ ਇਸ ਗੱਲ ਤੋਂ ਕਿਤੇ ਡਿਨਾਈ ਨਹੀਂ ਕਰਦਾ। ਕਿਤੇ ਨਾ ਕਿਤੇ, ਚਾਹੇ ਜਿਹੜੀਆਂ ਮਰਜ਼ੀ ਸਰਕਾਰਾਂ ਰਹੀਆਂ ਹੋਣ, ਉਹਨਾਂ ਦਾ ਧਿਆਨ ਇਸ ਪਾਸੇ ਘੱਟ ਗਿਆ। ਅਸੀਂ ਵਿਰਸਾ ਸੰਭਾਲਣ ਵਾਸਤੇ ਬਹੁਤ ਵੱਡੀਆਂ ਯਾਦਗਾਰਾਂ ਤਾਂ ਬਣਾ ਦਿੱਤੀਆਂ, ਲੇਕਿਨ ਉਹਨਾਂ ਯਾਦਗਾਰਾਂ ਤੱਕ ਲੋਕਾਂ ਦੀ ਪਹੁੰਚ ਨੂੰ ਅਸੀਂ ਈਜ਼ੀ ਨਹੀਂ ਕੀਤਾ, ਉਹਨਾਂ ਯਾਦਗਾਰਾਂ ਤੱਕ ਲੋਕਾਂ ਨੂੰ ਲਿਜਾਣ 'ਚ ਆਪਾਂ ਕੋਈ ਪ੍ਰਯਾਸ ਨਹੀਂ ਕੀਤਾ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਸੱਭਿਆਚਾਰ ਪ੍ਰਫੁੱਲਿਤ ਕਰਨ ਵਾਸਤੇ ਕੋਈ ਸਪੈਸ਼ਲ ਪ੍ਰੋਗਰਾਮ, ਸਪੈਸ਼ਲ ਕਾਰਜਕ੍ਰਮ ਇਹਦੇ ਵਾਸਤੇ ਹੋਣੇ ਚਾਹੀਦੇ।